ਹਾਲ ਆ ਵੇਲੀਏ ਦੇ ਦੋਸਤੋ, ਲੋ ਪੰਜਾਬ ਦੇ ਨਜ਼ਾਰੇ। ਦੇਖੋ ਜੀ, ਸੀਲ ਮਰ ਗਏ, ਡਰਦੇ ਬਹੁਤ ਆ, ਕੋਲ ਨਹੀਂ ਲੱਗਦੇ। चलो जी, थोड़ा कला कला फड़ के दिखाना पैना, इदा दे फड़ ही नहीं होंगे, खुले फिरने गिजे है, तो नेड़े भी नहीं लगन दे, फड़ना तो दूर की गल, नेड़े भी नहीं लगन दे। माशाल्लाह, बहुत सोहने मुर्गे जी, नीले अफजल वाले चो लगते हैं। लेकिन असि गिणदे रहे, जेड़ा भी तरिया गिणदे रहे, लेकिन ओनु उतला 600 भी तुसी अड़ा दो, 2000 फिर विच वा बकाया। पानी ਦੇ ਹੁੰਦਾ, ਪਾਣੀ ਜਿਹੜਾ ਗੰਦਾ ਹੋਵੇ ਤਾਂ ਉੱਤੇ ਆਉਣ ਲੱਗ ਪੈਂਦੀ ਹੈ, ਪਾਣੀ ਚੇਂਜ ਕਰਦੇ ਹਾਂ। ਪਾਣੀ ਗੰਦੇ ਤੋਂ ਹਟ ਕੇ ਇਹਦਾ ਹੁਣ ਤੱਕ ਜਿਹੜਾ ਨਾ ਸਾਰਾ ਕੁਛ ਨਾ ਕੁਛ ਯਾਨੀ ਕਿ ਪੱਲੇ ਪੈਂਦਾ ਰਹਿੰਦਾ, ਬੰਦੇ ਨੂੰ ਪਤਾ ਲੱਗਦਾ ਰਹਿੰਦਾ। ਇਹਨੂੰ ਚਿੱਤਣ ਵੀ ਮਸਲਾ ਬਣਿਆ, ਆਕਸੀਜਨ ਦਾ ਇਹਨੂੰ ਬਣਦਾ ਜ਼ਿਆਦਾਤਰ ਸੌਣ ਭਾਦੋਂ ਦੇ ਮਹੀਨੇ ਜਦੋਂ ਬੱਦਲ ਹੁੰਦੇ, ਦੋ ਆਕਸੀਜਨ ਦੀ ਕਮੀ ਹੁੰਦੀ ਹੈ। ਆਹ ਪਾਣੀ ਜਿਹੜਾ ਦੇਖਣ ਨੂੰ ਘਸਮੈਲਾ ਗਦੜਾ ਜਿਹਾ ਲੱਗਦਾ, ਜਦੋਂ ਆਹ ਪੰਪ ਚਲਾਈ ਦਾ ਨਾ ਇਹਨੇ, ਆਹਾ ਪੈਪ ਹੁਣ ਉਹ ਨਰਸਰੀ ਚ ਲਾਇਆ ਸੀਗਾ, ਅਸੀਂ ਬੂਟੇ ਪੱਟਣੇ ਨੂੰ ਖੁਸ਼ਕ ਹੋਈ ਸੀ, ਇਹੀ ਪੈਪ ਉਹ ਢੰਗੇ ਨਾਲ ਬੰਨ ਦੇ ਦਾ, ਆਹ ਪਿਆ ਪੰਪ, ਆਹ ਹਵਾ ਚੱਕੀ ਜਾਣਾ ਵਿੱਚੇ ਸਿੱਟੀ ਜਾਣਾ, ਪਾਣੀ ਜਿਹੜਾ ਵਾ ਆਕਸੀਜਨ ਦੀ ਕਮੀ ਪੂਰੀ ਹੁੰਦੀ ਰਹਿੰਦੀ, ਪਾਣੀ ਹਿਲਦਾ ਰਹਿੰਦਾ, ਜਦੋਂ ਪਾਣੀ ਨੇ ਉੱਤੋਂ ਹਵਾ ਚ ਹੋ ਕੇ ਡਿੱਗਣਾ ਉਦੋਂ ਆਕਸੀਜਨ ਪੂਰੀ ਹੋਈ ਜਾਣੀ, ਤੇ ਜਦੋਂ ਉਦੋਂ ਉੱਥੇ ਪੈਪ ਚ ਡਿੱਗਦਾ ਹੁੰਦਾ ਸ਼ੀਸ਼ੇ ਤਰ੍ਹਾਂ ਸਾਫ਼ ਚਮਕਦਾ ਹੁੰਦਾ, ਅਲੱਗ ਇੰਨੇ ਕਿਹੜਾ ਕਚਰਾ ਸਾਫ਼।